ਇਟਸ ਯੂਅਰ ਬੋਡੀ ਹੋਰੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹੈਰੀ ਕਲਿਕਾ। ਕੁਝ ਲਾਈਨਾਂ ਲਿਖਣ ਦੀ ਕੋਸ਼ਿਸ਼ ਕੀਤੀ ਨੂੰ ਮੇਰਾ ਮਨ ਬਖਸ਼ ਹੋ ਗਏ। ਜੋ ਠੇਕੇ ਤੇ ਟੱਲੀ ਹੋ ਜਾਵੇ ਉਹ ਕਦੇ ਨਾ ਸਿੱਧਾ ਘਰ ਜਾਂਦਾ, ਜਿਹਨੂੰ ਫਿਕਰ ਰੋਟੀ ਦਾ ਬਹਿੰਦਾ ਨੀ ਤਕੜੇ ਦਾ ਪੈ ਕੇ ਸਰ ਜਾਂਦਾ, ਉਹਦਾ ਮੁੱਲ ਦੁਆਨੀ ਪੈਂਦਾ ਨੀ ਜੋ ਪਿਓ ਦੀ ਪਗੜੀ ਲਾ ਜਾਂਦਾ, ਹਰ ਇੱਕ ਦੇ ਨਾਲ ਲਾਉਂਦਾ ਜੋ ਆਸ਼ਿਕ ਧੋਖਾ ਖਾ ਜਾਂਦਾ, ਹਰ ਇੱਕ ਦੇ ਨਾਲ ਲਾਉਂਦਾ ਜੋ ਆਸ਼ਿਕ ਧੋਖਾ ਖਾ ਜਾਂਦਾ। ਚਾਰ ਬੰਦੇ ਲੈ ਕੁੱਟਣਾ ਸੌਖਾ ਆਏ ਹੋਏ ਸੱਜਣਾ ਸੁਣ ਲਓ ਇਕੱਲੇ ਨੂੰ, ਜਿਹੜੀ ਨੀਂਦ ਦੀਆਂ ਗੋਲੀਆਂ ਘਰੇ ਦਵੇ ਕਿੱਥੋਂ ਸਾਂਭੂ ਸੱਜਣ ਦੇ ਛੱਲੇ ਨੂੰ, ਜੋ ਗੈਰਾਂ ਦੀਆਂ ਕੰਧਾਂ ਟੱਪਦਾ ਏ ਰੋਂਦਾ ਜਦੋਂ ਕੋਈ ਉਹਦੇ ਘਰ ਵਿੱਚ ਆ ਜਾਂਦਾ, ਹਰ ਇੱਕ ਦੇ ਨਾਲ ਲਾਉਂਦਾ ਜੋ ਆਸ਼ਿਕ ਧੋਖਾ ਖਾ ਜਾਂਦਾ। ਮੰਦਿਰਾਂ ਦੇ ਟੱਲ ਖੜਕਾਉਣ ਨਾਲੋ ਇਹ ਸੇਵਾ ਕਰ ਲਓ ਮਾਪਿਆਂ ਦੀ, ਹੈਰੀ ਕਾਲੇ ਕਿਨੇ ਮੁੜ ਨੀ ਕਹਿਣਾ ਹੋਏ ਕਿਉਂ ਕੁੰਡੀ ਖੜਕਾਉਣੇ ਉਹ ਹਾਤਿਆਂ ਦੀ, ਢਿੱਡ ਤਾਂ ਰੋਟੀ ਨੇ ਭਰਨਾ ਏ ਹੋਏ ਨਸ਼ਾ ਕਾਰੇ ਕਰਵਾ ਜਾਂਦਾ, ਹਰ ਇੱਕ ਦੇ ਨਾਲ ਲਾਉਂਦਾ ਜੋ ਆਸ਼ਿਕ ਧੋਖਾ ਖਾ ਜਾਂਦਾ, ਹਰ ਇੱਕ ਦੇ ਨਾਲ ਲਾਉਂਦਾ ਜੋ ਆਸ਼ਿਕ ਧੋਖਾ ਖਾ ਜਾਂਦਾ। ਪਿਆਰੇ ਦੋਸਤੋ, ਬੇਸਰ ਤੁਸੀਂ ਸਾਰੇ ਮੇਰੇ ਤੋਂ ਵੱਡੇ ਹੋ, ਮੇਰੇ ਤੋਂ ਸਿਆਣੇ ਹੋ, ਮੈਂ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਾਂਗਾ। ਵਿਸਾਖੀ ਆਉਣ ਵਾਲੀ ਹੈ, ਜਿਵੇਂ ਮਾਂ ਬਾਪ ਧੀਆਂ ਪੁੱਤਾਂ ਨੂੰ ਪਾਲਦੇ ਨੇ ਉਵੇਂ ਕਿਸਾਨਾਂ ਨੂੰ ਪੁੱਤਾਂ ਦੇ ਵਾਂਗੂ ਫਸਲਾਂ ਪੈ ਰਹੀਆਂ ਹੁੰਦੀਆਂ ਨੇ। ਸਿਆਣੇ ਆਖਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਅੱਗ ਪ੍ਰਾਹੁਣੀਆਂ ਹੀ ਹੁੰਦੀ ਹੈ। ਸੋ ਮੇਰੀ ਬੇਨਤੀ ਹੈ, ਪੰਜਾਬ ਗੌਰਮੈਂਟ ਨੂੰ ਵੀ ਬੇਨਤੀ ਹੈ, ਹਲਕੇ ਦੇ MLA ਨੂੰ ਵੀ ਬੇਨਤੀ ਹੈ, ਔਰ ਪਿੰਡਾਂ ਦੇ ਸਰਪੰਚਾਂ ਨੂੰ ਵੀ ਬੇਨਤੀ ਹੈ ਕਿ ਪਾਣੀ ਦਾ ਪ੍ਰਬੰਧ ਜ਼ਰੂਰ ਕਰਕੇ ਰੱਖਣ, ਕਿਉਂਕਿ ਵੈਸੇ ਤਾਂ ਅਰਦਾਸ ਕਰਾਂਗਾ ਵਾਹਿਗੁਰੂ ਅੱਗੇ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਕਿਉਂਕਿ ਪਰ ਬਿਜਲੀ ਲਾਈਟ ਇੱਕ ਐਸੀ ਚੀਜ਼ ਹੈ, ਕਈ ਵਾਰ ਤਾਰ ਨਾਲ ਤਾਰ ਪਿੜ ਜਾਂਦੀ ਹੈ ਅਤੇ ਕਾਫੀ ਨੁਕਸਾਨ ਹੋ ਜਾਂਦਾ, ਅੱਗੇ ਵੀ ਹੋਇਆ, ਦੇਖਦੇ ਰਹਿੰਦੇ ਹਾਂ ਅਸੀਂ। ਸੋ ਮੇਰੀ ਹਲਕਿਆਂ ਦੇ MLA ਨੂੰ ਬੇਨਤੀ ਹੈ ਕਿ ਜੇ ਪਾਣੀ ਦਾ ਪ੍ਰਬੰਧ, ਜੇ ਚਾਰ ਪਿੰਡਾਂ ਨੂੰ ਜਾਂ ਪੰਜ ਪਿੰਡਾਂ ਨੂੰ ਇੱਕ 5 ਬ੍ਰਿਗੇਡਸ ਦਾ ਪ੍ਰਬੰਧ ਕੀਤਾ ਜਾਵੇ ਪਾਣੀ ਵਾਲੀ ਗੱਡੀ ਦਾ, ਤਾਂ ਮੇਰੇ ਹਿਸਾਬ ਨਾਲ ਬਹੁਤ ਚੰਗੀ ਗੱਲ ਹੈ। ਸੋ ਪਿੰਡਾਂ ਦੇ ਸਰਪੰਚਾਂ ਨੂੰ ਵੀ ਬੇਨਤੀ ਹੈ ਕਿ ਇਹ ਨਾ ਕਿਹਾ ਕਰੋ ਯਾਰ ਇਹ ਫਲਾਣੀ ਪਾਰਟੀ ਦਾ ਫਲਾਣੀ ਪਾਰਟੀ ਦਾ, ਜਿੱਥੇ ਚੱਜ ਦੇ ਕੰਮ ਦੀ ਗੱਲ ਹੁੰਦੀ ਹੈ ਨਾ ਉੱਥੇ ਹਮੇਸ਼ਾ ਇੱਕ ਦੂਜੇ ਦਾ ਸਾਥ ਦਿਆ ਕਰੋ, ਔਰ ਕੋਸ਼ਿਸ਼ ਕਰਿਓ ਕਿ ਪਿੰਡਾਂ ਵਾਲਿਓ ਪਾਣੀ ਦਾ ਪ੍ਰਬੰਧ ਕਰਕੇ ਰੱਖਿਓ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।